ਆਪਾਂ ਨੂੰ ਇਹ ਮੀਟਿੰਗ ਸੱਦੀ ਗਈ ਆ ਜਿਵੇਂ ਪ੍ਰਕੰਦੀ ਸਾਹਿਬ ਕਹਿਣਗੇ ਉਵੇਂ ਅਗਲਾ ਪ੍ਰੋਗਰਾਮ ਚੱਲੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਾ ਸਾਹਿਬ। ਹੁਣ ਮੈਂ ਬੇਨਤੀ ਕਰਾਂ ਸਰਕਲ ਪ੍ਰਧਾਨ ਦੇ ਲੱਕੀ ਕਟਾਰੀਆ ਜੀ ਨੂੰ ਆਣ ਕੇ ਸ਼ਹਿਰੀ ਉਹ ਆਣ ਕੇ ਸੰਗਤਾਂ ਸਪੋਰਟ ਕਰਨਗੇ। ਲੱਕੀ ਕਟਾਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਦਾ। ਹੁਣ ਮੈਂ ਇਹ ਤੁਸੀਂ ਤਾਂ ਇਸ ਗੱਲ ਦਾ ਸਮਝੋ ਵੀ ਕਿਉਂ ਬੁਲਾਉਂਦੇ ਆ, ਕਿਉਂ ਉੱਥੋਂ ਮੈਸੇਜ ਮਿਲਣਾ, ਇਹਨਾਂ ਨੂੰ ਦੇਣਾ, ਇਹਨਾਂ ਨੇ ਤੁਹਾਨੂੰ ਜਾ ਕੇ ਦੇਣਾ। ਇਸ ਕਰਕੇ ਇਹਨਾਂ ਦੀ ਬੇਨਤੀ ਕਬੂਲ ਕਰਿਆ ਕਰੋ, ਜੋ ਸਮਝੋ ਵੀ ਇਹਨਾਂ ਦੀ ਬੇਨਤੀ ਸਰਦਾਰ ਕਵਰਜੀਤ ਸਿੰਘ ਰੋਸੀ ਪ੍ਰਕਟ ਦੀ ਬੇਨਤੀ ਹੈ, ਠੀਕ ਹੈ। ਇਹ ਤਾਂ ਔਰ ਤਾਈ ਹੈ ਜੀ, ਤਾਂ ਤੁਹਾਨੂੰ ਇਹਨਾਂ ਨੂੰ ਬੇਨਤੀਆਂ ਕਰਨੀਆਂ ਪੈ ਰਹੀਆਂ। ਹੁਣ ਮੈਂ ਜ਼ਿਆਦਾ ਸਮਾਂ ਨਾ ਲਾਵਾਂ, ਬੇਨਤੀ ਕਰਾਂ ਰਾਮ ਸਿੰਘ ਪੱਪੀ ਸਤਿ ਪ੍ਰਧਾਨ ਨੂੰ ਉਹ ਆਣ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ। ਰਾਮ ਸਿੰਘ ਪੱਪੀ ਪਾਰਟੀ ਮੁਰਦਾਬਾਦ, ਨੀਲੇ ਕਾਰਡ ਕੱਟੇ ਬਹਾਲ ਕਰੋ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕੱਟ ਕਰੋ, ਪੰਜਾਬ ਸਰਕਾਰ ਮੁਰਦਾਬਾਦ। ਜਿਹੜੇ ਨਾਲ ਕੋਈ ਪੰਜ ਸੱਤ ਦਸ ਆਉਣਗੇ ਉਹਨਾਂ ਨੂੰ ਤਾਂ ਕਮ ਸੇ ਕਮ ਪਤਾ ਲੱਗੂਗਾ ਵੀ ਦੇਖੋ ਕਿੰਨੇ ਤੁਸੀਂ ਛੋਟੀ ਜਿਹੀ ਮੀਟਿੰਗ 'ਚ ਇੰਨੇ ਮੌਸਮ ਖਰਾਬ ਦੇ ਵਿੱਚ ਕਿਵੇਂ ਤੁਸੀਂ ਇੱਥੇ ਬੈਠੇ। ਤੇ ਮੈਂ ਧੰਨਵਾਦ ਵੀ ਕਰੂੰਗਾ ਤੁਹਾਡੇ 'ਚ CID ਵਾਲੇ ਵੀ ਖੜੇ ਆ, ਪੰਜਾਬ ਸਰਕਾਰ ਵਾਲੇ ਉਹ ਵੀ CID ਲੈ ਰਹੇ ਆ ਵੀ ਵੇਖੋ ਹਲਕੇ ਦਾ ਮਤਲਬ ਕਿ ਘੱਟੋ ਘੱਟ 400-500 ਬੰਦਾ ਇੱਥੇ ਬੈਠਾ। ਇਸ ਕਰਕੇ ਮੇਰੀ ਬੇਨਤੀ ਆ ਕਿਉਂਕਿ ਸਾਡੇ ਦਿਲ 'ਚ ਬਾਦਲ ਸਾਹਿਬ ਦੇ ਦਿਲ 'ਚ ਤੁਹਾਡਾ ਇੱਕ ਇੱਕ ਵਰਕਰ ਦਾ ਸਤਿਕਾਰ ਕੋਈ ਅਸੀਂ ਭੁੱਲੇ ਨਹੀਂ ਹੈ ਵੀ ਪਿੰਡਾਂ 'ਚ ਸਾਡੇ ਵਰਕਰ ਕੌਣ, ਪਿੰਡਾਂ ਦੇ ਵਿੱਚ ਗਰੀਬਾਂ ਦਾ ਖਾਸ ਧਿਆਨ ਰੱਖਿਆ ਕਿਉਂਕਿ ਜਿਹੜੇ ਗਰੀਬ ਪਰਿਵਾਰ ਹੁੰਦੇ ਆ ਅੱਜ ਦੇ ਹਾਲਾਤਾਂ ਦੇ ਵਿੱਚ ਕੋਵਿਡ ਦੇ ਵਿੱਚ ਵਿਚਾਰਿਆਂ ਲਈ ਬੜੀ ਔਖਾ, ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਜਿਹੜਾ ਗਰੀਬ ਅਤੇ ਜ਼ਿਮੀਂਦਾਰ ਆ 9 ਮਾਸ ਦਾ ਰਿਸ਼ਤਾ, ਤਗੜੇ ਹੋ ਕੇ ਉਹਨਾਂ ਦਾ ਸਾਥ ਦਿਆ ਕਰੋ ਜਿੰਨੇ ਜੋਗਰੇ ਅਸੀਂ ਵੀ ਹਾਜ਼ਰ। ਅਤੇ 7 ਤਰੀਕ ਦਾ ਜੋ ਪ੍ਰੋਗਰਾਮ ਉਹ ਆਪਾਂ ਪ੍ਰੋਗਰਾਮ ਹਰ ਪਿੰਡ ਅਤੇ ਹਰ ਵਾਰਡ 'ਚ ਕਰਨਾ। ਆ ਜਿਹੜੇ ਪਿੰਡਾਂ ਦੇ ਨਾਂ ਲਏ ਆ ਇੱਥੇ ਤਾਂ ਮੇਨ ਪ੍ਰੋਗਰਾਮ ਆ 10-10 ਮਿੰਟ ਬਤੌਰ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਇਹਨਾਂ ਪਿੰਡਾਂ 'ਚ ਜਾਊਂਗਾ, ਇਹਨਾਂ ਵਾਰਡਾਂ 'ਚ ਜਾਊਂਗਾ, ਇਹਨਾਂ ਪਿੰਡਾਂ 'ਚ ਸੀਨੀਅਰ ਲੀਡਰਸ਼ਿਪ ਦੀ ਵੀ ਡਿਊਟੀ ਲੱਗੂਗੀ। ਇੱਕ ਹੋਰ ਆ ਕਦੀ ਵਾਰੀ ਆਹ ਵੀ ਹੁੰਦਾ ਵੀ ਕੋਈ ਨਾ ਕੋਈ ਅਬਜ਼ਰਵਰ ਲਾ ਕੇ ਉਹ ਵੀ ਆ ਸਕਦਾ। 10 ਤੋਂ 11 ਧਰਨਾ, 1 ਘੰਟੇ ਲਈ ਧਰਨਾ, ਅਤੇ ਸਾਰਿਆਂ ਨੇ ਆਪਦੇ ਆਪਦੇ ਪਿੰਡ ਦੀ ਯਾਰ ਦੇਖੋ ਤੁਸੀਂ ਇੰਨੇ ਕੰਮ ਕੀਤੇ ਆ, ਤੁਸੀਂ ਇੰਨੀ ਸੰਗਤ ਦੀ ਸੇਵਾ ਕੀਤੀ ਆ, ਤੁਹਾਡੇ ਕੋਲ ਤਾਂ ਕਹਿਣ ਨੂੰ ਬਹੁਤ ਕੁਛ ਆ, ਢਿੱਲ ਨਾ ਕਰਿਆ ਕਰੋ। ਜੇ ਆਪਾਂ ਸਰਕਾਰ ਦਾ ਨਜ਼ਾਰਾ 10 ਸਾਲ ਪਹਿਲਾਂ ਲਿਆ, ਉਹਨਾਂ ਹਾਲਾਤਾਂ 'ਚ ਲਿਆ ਜਦੋਂ ਆਪਾਂ MLA ਵੀ ਹੈਣੀ ਸੀ, ਅਤੇ ਯਾਰ ਜੇ ਗੁਰੂ ਮਹਾਰਾਜ ਗਾਂਹ ਬਖਸ਼ਿਸ਼ ਕਰਤੀ, ਸਰਕਾਰ ਆ ਗਈ ਗਾਂਹ, ਤੁਸੀਂ ਮਿਹਰ ਕਰ ਦਿਓ ਤਾਂ ਤੁਸੀਂ ਆਪ ਦੇਖੋ ਵੀ ਕਿੰਨਾ ਨਜ਼ਾਰਾ ਲਓਗੇ, ਤੁਸੀਂ ਆਪ ਵੇਖ ਲਓ।